ਗੁਰੂ ਗੋਬਿੰਦ ਸਿੰਘ ਮਾਰਗ ਦੀ ਯਾਤਰਾ ਕਰਦੇ ਹਾਂ ਸੰਗਤ ਜੀ। ਅੱਜ ਦੇ ਬਲੌਗ ਵਿੱਚ ਤੁਹਾਨੂੰ ਗੁਰਦੁਆਰਾ ਗੁਰੂਸਰ ਸਾਹਿਬ ਪਿੰਡ ਲੱਲ ਕਲਾਂ ਦੇ ਦਰਸ਼ਨ ਕਰਵਾਵਾਂਗੇ ਤੇ ਇਤਿਹਾਸ ਬਾਰੇ ਦੱਸਾਂਗੇ। ਇਸ ਸਥਾਨ ਦਾ ਇਤਿਹਾਸ ਜੋ ਕਿ 6ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਜੀ ਨਾਲ ਸੰਬੰਧਿਤ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਪ੍ਰਾਤਨ ਬੇਰੀ ਤੇ ਬੋੜ ਦਾ ਰੁੱਖ ਵੀ ਹੈ, ਉਸ ਦੇ ਦਰਸ਼ਨ ਵੀ ਤੁਹਾਨੂੰ ਇਸ ਵੀਡੀਓ ਵਿੱਚ ਕਰਵਾਵਾਂਗੇ। ਆਓ ਹੁਣ ਜਾਣਦੇ ਹਾਂ ਇਸ ਸਥਾਨ ਦੇ ਇਤਿਹਾਸ ਬਾਰੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪਾਂ ਪਿਛਲਾ ਬਲੌਕ ਗੁਰਦੁਆਰਾ ਸ਼ਸਤਰ ਭੇਟ ਸਾਹਿਬ ਪਿੰਡ ਕਲਾਲ ਵਿਖੇ ਬਣਾਇਆ ਸੀ ਅਤੇ ਇਤਿਹਾਸ ਬਾਰੇ ਜਾਣਿਆ ਸੀ, ਪਿੰਡ ਕਲਾਲ ਤੋਂ ਬਾਅਦ ਦਸਮ ਪਿਤਾ ਜੀ ਉੱਚ ਦੇ ਪੀਰ ਦੇ ਰੂਪ ਵਿੱਚ ਪਿੰਡ ਲੱਲ ਕਲਾਂ ਇਸ ਸਥਾਨ 'ਤੇ ਆ ਕੇ ਰੁਕੇ ਸਨ। ਇਹ ਸਥਾਨ ਪਿੰਡ ਕਲਾਲ ਤੋਂ ਲਗਭਗ 3-4 ਕਿਲੋਮੀਟਰ ਦੀ ਦੂਰੀ 'ਤੇ ਹੈ। ਮਾਛੀਵਾੜੇ ਤੋਂ ਬਾਅਦ ਦਸਮ ਪਿਤਾ ਜੀ ਭਾਈ ਗਨੀ ਖਾਨ ਅਤੇ ਨਬੀ ਖਾਨ ਉਹਨਾਂ ਦੇ ਨਾਲ ਪਿਆਰੇ ਭਾਈ ਦਇਆ ਸਿੰਘ ਜੀ ਅਤੇ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨਾਲ 11 ਪੋਹ 1761 ਬਿਕਰਮੀ ਭਾਵ 1704 ਈਸਵੀ ਵਿੱਚ ਗੁਰੂ ਸਾਹਿਬ ਜੀ ਇਸ ਸਥਾਨ 'ਤੇ ਉੱਚ ਦੇ ਪੀਰ ਦੇ ਰੂਪ ਵਿੱਚ ਆ ਕੇ ਬਿਰਾਜੇ ਸਨ। ਗੁਰੂ ਸਾਹਿਬ ਜੀ ਪਲੰਘ 'ਤੇ ਬਿਰਾਜਮਾਨ ਇੱਥੇ ਬੇਰੀ ਥੱਲੇ ਆਪਣਾ ਪਲੰਘ ਰਖਵਾਉਂਦੇ ਹਨ, ਕੁਝ ਸਮਾਂ ਇੱਥੇ ਆਰਾਮ ਕਰਦੇ ਹਨ। ਇਸ ਪ੍ਰਾਤਨ ਬੇਰੀ ਨੇ ਦੋ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਹਨ। ਇਸ ਬੇਰੀ ਦਾ ਇਤਿਹਾਸ 6ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਵੀ ਸੰਬੰਧਿਤ ਹੈ, ਉਹ ਵੀ ਇਸ ਵੀਡੀਓ ਵਿੱਚ ਜਾਣਾਂਗੇ। ਬਹੁਤ ਹੀ ਪਾਵਨ ਅਤੇ ਪਵਿੱਤਰ ਬੇਰੀ ਹੈ, ਬਹੁਤ ਵੱਡੇ ਆਕਾਰ ਦਾ ਦਰਖਤ ਹੈ, ਇਸ ਦੀ ਸਾਂਭ ਸੰਭਾਲ ਵੀ ਕੀਤੀ ਹੋਈ ਹੈ ਜੋ ਕਿ ਬਹੁਤ ਚੰਗੀ ਗੱਲ ਹੈ। ਇੰਨੇ ਵੱਡੇ ਆਕਾਰ ਦੀ ਬੇਰੀ ਮੈਂ ਤਾਂ ਪਹਿਲਾਂ ਕਦੇ ਨਹੀਂ ਦੇਖੀ। ਇਸ ਬੇਰੀ ਦੇ ਰੁੱਖ ਕੋਲੋਂ ਪਹਿਲਾਂ ਬਿਲਕੁਲ ਕੋਲੋਂ ਸੜਕ ਲੰਘਿਆ ਕਰਦੀ ਸੀ ਅਤੇ ਜੋ ਗੱਡੀਆਂ ਅਤੇ ਹੋਰ ਸਾਧਨ ਇਸ ਦੇ ਪਾਵਨ ਪੱਤਿਆਂ ਨਾਲ ਖਹਿ ਕੇ ਲੰਘਦੇ ਸਨ, ਤਾਂ ਫਿਰ ਪਿੰਡ ਵਾਲਿਆਂ ਦੇ ਉਪਰਾਲੇ ਸਦਕਾ ਹੁਣ ਸੜਕ ਥੋੜ੍ਹੀ ਦੂਰ ਕਰ ਦਿੱਤੀ ਹੈ, ਜੋ ਕਿ ਬਹੁਤ ਹੀ ਜ਼ਿਆਦਾ ਚੰਗੀ ਗੱਲ ਹੈ ਅਤੇ ਇਹ ਬਹੁਤ ਹੀ ਪਾਵਨ ਅਤੇ ਪਵਿੱਤਰ ਬੇਰੀ ਹੈ। ਇਹ ਬੇਰੀ ਗੁਰੂ ਸਾਹਿਬਾਨ ਦੇ ਸਮੇਂ ਦੀ ਹੈ। ਜੇਕਰ ਗੁਰੂ ਸਾਹਿਬਾਨ ਦੇ ਜੀਵਨ ਕਾਲ ਦੇ ਹਿਸਾਬ ਨਾਲ ਦੇਖੀਏ 400-500 ਸਾਲ ਪੁਰਾਣੀ ਹੈ ਅਤੇ ਉਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। 6ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ 19 ਫੱਗਣ 1675 ਬਿਕਰਮੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਇਸ ਸਥਾਨ 'ਤੇ ਪਹੁੰਚੇ। ਉਹਨਾਂ ਦੇ ਨਾਲ 7 ਤੋਪਾਂ ਸਨ ਅਤੇ 1100 ਘੋੜਸਵਾਰ ਸਨ। ਗੁਰੂ ਸਾਹਿਬ ਦੇ ਨਾਲ ਚੰਦੂ ਪਾਪੀ ਵੀ ਸੀ, ਜਿਸ ਨੇ 5ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ। 6ਵੇਂ ਪਾਤਸ਼ਾਹ ਚੰਦੂ ਪਾਪੀ ਨੂੰ ਦਿੱਲੀ ਤੋਂ ਆਪਣੇ ਨਾਲ ਹੀ ਲੈ ਆਏ ਸਨ। ਗੁਰੂ ਸਾਹਿਬ ਇਸ ਸਥਾਨ 'ਤੇ ਪਹੁੰਚੇ, ਇੱਕ ਰਾਤ ਇੱਥੇ ਵਿਸ਼ਰਾਮ ਕੀਤਾ ਅਤੇ ਇਸ ਬੇਰੀ ਨਾਲ ਆਪਣਾ ਘੋੜਾ ਬੰਨਿਆ ਸੀ। ਕੁਝ ਇਤਿਹਾਸਿਕ ਸਰੋਤਾਂ ਵਿੱਚ ਇਹ ਵੀ ਮਿਲਦਾ ਹੈ ਕਿ ਉਹ 52 ਰਾਜੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਦੇ ਹਨ ਕਿ ਮਹਾਰਾਜ ਸਾਨੂੰ ਛੁੱਟੀ ਦੇ ਦਵੋ, ਆਗਿਆ ਦੇ ਦਵੋ। ਫਿਰ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਜਾਓ ਭਾਈ, ਆਪਣਾ ਰਾਜ ਸੰਭਾਲੋ ਅਤੇ ਸਾਡਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਹੈ। ਉਹ 52 ਰਾਜੇ ਇੱਥੋਂ ਹੀ ਗਏ ਸਨ। ਜਦੋਂ 6ਵੇਂ ਪਾਤਸ਼ਾਹ ਅਤੇ ਉਹ ਰਾਜੇ ਆਪੋ ਆਪਣੇ ਰਾਹ ਜਾਣ ਲੱਗੇ ਤਾਂ ਉਹਨਾਂ ਵਿੱਚੋਂ ਇੱਕ ਰਾਜਾ ਜਿਸ ਦਾ ਨਾਮ ਹਸਤਲਾਲ ਸੀ, ਉਹ ਗੁਰੂ ਸਾਹਿਬ ਨੂੰ ਕਹਿੰਦਾ ਹੈ ਕਿ ਗੁਰੂ ਸਾਹਿਬ, ਮੈਂ ਅੱਗੇ ਨਹੀਂ ਜਾਣਾ, ਤੁਸੀਂ ਮੇਰਾ ਵਿਆਹ ਕਰਵਾ ਦਿਓ। ਪਰਮਾਤਮਾ ਜਾਣੇ ਉਸ ਦੇ ਮਨ ਵਿੱਚ ਕੀ ਆਇਆ। ਗੁਰੂ ਸਾਹਿਬ ਉਸ ਦੇ ਮਨ ਦੀ ਗੱਲ ਬੁੱਝ ਕੇ ਸੰਗਤ ਵਿੱਚ ਕਹਿੰਦੇ ਹਨ ਕਿ ਭਾਈ, ਕੋਈ ਆਪਣੀ ਲੜਕੀ ਦਾ ਸਾਕ ਕਰ ਸਕਦਾ ਹੈ। ਇਹ ਸੁਣ ਕੇ ਸੰਗਤ ਵਿੱਚੋਂ ਪਿੰਡ ਲੱਲ ਕਲਾਂ ਦੇ ਇੱਕ ਰਾਮਦਾਸੀਏ ਸਿੱਖ ਨੇ ਉੱਠ ਕੇ ਗਲ ਵਿੱਚ ਪੱਲੂ ਪਾ ਕੇ ਬੇਨਤੀ ਕੀਤੀ ਕਿ ਮਹਾਰਾਜ, ਜੇ ਆਪ ਜੀ ਦਾ ਹੁਕਮ ਹੋਵੇ ਤਾਂ ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰਨੇ ਨੂੰ ਤਿਆਰ ਹਾਂ। ਅਤੇ ਫਿਰ ਉਹ ਆਪਣੀ ਲੜਕੀ ਨੂੰ ਇਸ ਸਥਾਨ 'ਤੇ ਲੈ ਆਉਂਦਾ ਹੈ। ਇਸੇ ਸਥਾਨ 'ਤੇ 6ਵੇਂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਉਸ ਦਾ ਆਨੰਦ ਕਾਰਜ ਕਰਵਾਇਆ ਜਾਂਦਾ ਹੈ। ਹੁਣ ਉਹ ਰਾਜਾ ਇਸ ਪਿੰਡ ਦਾ ਜਵਾਈ ਬਣ ਗਿਆ ਹੈ। ਗੁਰੂ ਸਾਹਿਬ ਉਸ ਨੂੰ ਹੁਕਮ ਕਰਦੇ ਹਨ ਕਿ ਭਾਈ, ਹੁਣ ਤੂੰ ਇਸ ਪਿੰਡ ਵਿੱਚ ਨਹੀਂ ਰਹਿਣਾ। ਫਿਰ ਉਹ ਰਾਜਾ ਹਸਤਲਾਲ ਇੱਥੋਂ ਤਕਰੀਬਨ 2-3 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਹੈ ਬਲਾਲਾ, ਉੱਥੇ ਜਾ ਕੇ ਵੱਸ ਜਾਂਦਾ ਹੈ। ਫਿਰ ਇੱਥੇ ਇੱਕ ਮਨ ਵਿੱਚ ਪ੍ਰਸ਼ਨ ਆਉਂਦਾ ਹੈ ਕਿ ਜੇਕਰ ਉਹ ਰਾਜਾ ਸੀ, ਫਿਰ ਉਹ ਵਾਪਸ ਕਿਉਂ ਨਹੀਂ ਗਿਆ, ਉਸਨੇ ਜਾ ਕੇ ਆਪਣਾ ਰਾਜ ਭਾਗ ਕਿਉਂ ਨਹੀਂ ਸਾਂਭਿਆ। ਇੱਥੇ ਪਿੰਡ ਵਾਲਿਆਂ ਦਾ ਇਹ ਮੰਨਣਾ ਹੈ ਕਿ ਗੁਰੂ ਸਾਹਿਬ ਦੀ ਸੰਗਤ ਕਰਕੇ ਉਸਦੇ ਮਨ ਵਿੱਚੋਂ ਰਾਜ ਕਰਨ ਦੀ ਇੱਛਾ ਖਤਮ ਹੋ ਗਈ ਸੀ, ਉਹ ਮੋਹ ਮਾਇਆ ਤੋਂ ਦੂਰ ਹੋ ਗਿਆ ਸੀ। ਬਾਅਦ ਵਿੱਚ ਉਹ ਰਾਜਾ ਬਾਬਾ ਹਸਤਲਾਲ ਜੀ ਦੇ ਨਾਮ ਵਜੋਂ ਬਹੁਤ ਪ੍ਰਸਿੱਧ ਹੋਇਆ ਹੈ ਅਤੇ ਪਿੰਡ ਬਲਾਲਾ ਵਿੱਚ ਉਹਨਾਂ ਦੀ ਯਾਦ ਵਿੱਚ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ।
ਜਿੱਥੇ ਹਰ ਮਾਘੀ ਦੇ ਮੇਲੇ ਨੂੰ ਬਹੁਤ ਭਾਰੀ ਇਕੱਠ ਹੁੰਦਾ ਹੈ। ਜੋ ਗੁਰਦੁਆਰਾ ਗੁਰੂਸਰ ਸਾਹਿਬ ਪਿੰਡ ਲੱਲ ਕਲਾਂ ਵਿੱਚ ਸਰੋਵਰ ਹੈ, ਉਸ ਦਾ ਇਤਿਹਾਸ ਕੁਝ ਇੱਦਾਂ ਹੈ ਕਿ ਜਦੋਂ ਛੇਵੇਂ ਪਾਤਸ਼ਾਹ ਜੀ ਇੱਥੇ ਆਏ ਸਨ, ਇੱਥੇ ਇੱਕ ਕੋੜੀ ਸੀ ਜੋ ਇੱਥੋਂ ਕੁਝ ਕੁ ਦੂਰੀ ਉੱਤੇ ਪਹਾੜੀ ਵਾਲੇ ਪਾਸੇ ਇੱਕ ਛੋਟੀ ਜਿਹੀ ਕੁੱਲੀ ਬਣਾ ਕੇ ਪਿਆ ਸੀ। ਜਦੋਂ ਉਸ ਨੂੰ ਗੁਰੂ ਸਾਹਿਬ ਦੀ ਆਮਦ ਦਾ ਪਤਾ ਲੱਗਾ, ਉਹ ਗੁਰੂ ਸਾਹਿਬ ਜੀ ਕੋਲ ਆਉਂਦਾ ਹੈ, ਬੇਨਤੀ ਕਰਦਾ ਹੈ ਕਿ ਮੈਂ ਬਹੁਤ ਦੁਖੀ ਹਾਂ ਕਿਉਂਕਿ ਮੈਨੂੰ ਕੁਸ਼ਟ ਰੋਗ ਹੈ, ਮੇਰੇ 'ਤੇ ਮਿਹਰ ਕਰੋ। ਗੁਰੂ ਸਾਹਿਬ ਨੇ ਉਸ ਨੂੰ ਹੁਕਮ ਕੀਤਾ ਕਿ ਭਾਈ, ਜੋ ਘੋੜੇ ਦੇ ਮੁੱਖ ਵਿੱਚੋਂ ਝੱਗ ਨਿਕਲਦੀ ਹੈ ਉਸ ਨੂੰ ਆਪਣੇ ਪਿੰਡੇ 'ਤੇ ਮਲ ਲਵੇ ਅਤੇ ਛੱਪੜੀ ਵਿੱਚ ਨਹਾ ਲਵੇ। ਉਸ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਅਤੇ ਸਮਾਂ ਪਾ ਕੇ ਉਸ ਦਾ ਰੋਗ ਠੀਕ ਹੋ ਗਿਆ ਸੀ, ਉਸ ਦਾ ਕੋਹੜ ਕੱਟਿਆ ਜਾਂਦਾ ਹੈ। ਬਾਅਦ ਵਿੱਚ ਉਹ ਗੁਰੂ ਘਰ ਦਾ ਸੇਵਕ ਬਣ ਜਾਂਦਾ ਹੈ। ਉਹ ਪਾਵਨ ਛੱਪੜੀ ਜੋ ਹੁਣ ਸਰੋਵਰ ਦੇ ਰੂਪ ਵਿੱਚ ਪ੍ਰਾਤਨ ਬੇਰੀ ਸਾਹਿਬ ਦੇ ਬਿਲਕੁਲ ਕੋਲ ਹੈ, ਜਿਸ ਵਿੱਚ ਇਸ਼ਨਾਨ ਕਰਕੇ ਕੋਈ ਵੀ ਫੋੜੇ ਫਿਣਸੀ ਵਾਲਾ ਜਾਂ ਚਮੜੀ ਦੇ ਰੋਗ ਵਾਲਾ ਇਨਸਾਨ ਠੀਕ ਹੋ ਜਾਂਦਾ ਹੈ। ਗੁਰੂ ਸਾਹਿਬ ਦਾ ਹੁਕਮ ਹੈ, ਉਹਨਾਂ ਦੀ ਰਹਿਮਤ ਸਦਕਾ ਛੱਪੜੀ ਵਿੱਚ ਅੱਜ ਵੀ ਕਲਾ ਵਰਤਦੀ ਹੈ। ਇੱਥੇ ਇੱਕ ਪ੍ਰਾਤਨ ਬਰੋਟਾ ਸਾਹਿਬ ਵੀ ਹੈ, ਉਸ ਦਾ ਇਤਿਹਾਸ ਕੁਝ ਇੱਦਾਂ ਹੈ ਕਿ ਜਦੋਂ ਛੇਵੇਂ ਪਾਤਸ਼ਾਹ ਜੀ ਇੱਥੇ ਬਰਾਜੇ ਹੋਏ ਸਨ, ਉਹ ਸੰਗਤਾਂ ਨੂੰ ਬਚਨ ਕਰਦੇ ਹਨ ਕਿ ਭਾਈ ਇਹ ਅੰਬ ਦਾ ਦਰਖਤ ਹੈ। ਸੰਗਤਾਂ ਹੈਰਾਨ ਹੁੰਦੀਆਂ ਹਨ ਅਤੇ ਕਹਿੰਦੀਆਂ ਹਨ, ਨਹੀਂ ਗੁਰੂ ਜੀ, ਇਹ ਰੁੱਖ ਬੋੜ ਦਾ ਹੈ। ਗੁਰੂ ਜੀ ਫਿਰ ਬਚਨ ਕਰਦੇ ਹਨ ਕਿ ਇਹ ਅੰਬ ਦਾ ਰੁੱਖ ਹੈ। ਸੰਗਤਾਂ ਨੇ ਗੁਰੂ ਸਾਹਿਬ ਦੀ ਗੱਲ ਨਾ ਮੰਨੀ। ਅੱਜ ਵੀ ਜੋ ਇਸ ਸਥਾਨ 'ਤੇ ਬਰੋਟਾ ਸਾਹਿਬ ਹੈ, ਉਸ ਦੇ ਪੱਤੇ ਬਿਲਕੁਲ ਅੰਬ ਵਰਗੇ ਹੁੰਦੇ ਹਨ। ਗੁਰੂ ਸਾਹਿਬ ਦਾ ਹੁਕਮ ਹੈ, ਇਹ ਗੁਰੂ ਸਾਹਿਬ ਜੀ ਦਾ ਕੀ ਕੌਤਕ ਸੀ, ਗੁਰੂ ਸਾਹਿਬ ਜੀ ਆਪ ਜਾਣਦੇ ਹਨ। ਇਸ ਸਥਾਨ 'ਤੇ ਵੀ ਇਹੀ ਇਤਿਹਾਸ ਲਿਖਿਆ ਹੋਇਆ ਹੈ, ਉਸ ਦੇ ਅਨੁਸਾਰ ਇਲਾਕੇ ਵਿੱਚ ਵੀ ਇਹੀ ਮਨੌਤ ਹੈ। ਦਸਮ ਪਿਤਾ ਨਾਲ ਸੰਬੰਧਿਤ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਜੋ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਮਾਛੀਵਾੜੇ ਵਾਲੀ ਸਾਖੀ ਹੈ, ਜਦੋਂ ਦਿਲਾਵਰ ਖਾਨ ਨੇ ਗੁਰੂ ਸਾਹਿਬ ਜੀ ਦਾ ਪਲੰਘ ਸ਼ਨਾਖਤ ਲਈ ਰੋਕਿਆ ਸੀ, ਉਹ ਘਟਨਾਕ੍ਰਮ ਇਸ ਸਥਾਨ ਦਾ ਹੈ। ਅਤੇ ਜੋ ਕਾਜੀ ਸ਼ਨਾਖਤ ਲਈ ਬੁਲਾਏ ਸਨ, ਉਹ ਵੀ ਇਸ ਸਥਾਨ 'ਤੇ ਹੀ ਬੁਲਾਏ ਸਨ, ਪਰ ਜੋ ਪੰਥ ਨੇ ਪ੍ਰਵਾਨ ਕੀਤਾ ਹੈ ਉਹ ਸਥਾਨ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਹੈ। ਅਸੀਂ ਵੀ ਉਸ ਮੁਤਾਬਕ ਹੀ ਚੱਲਾਂਗੇ। ਹੁਣ ਕਈਆਂ ਦਾ ਇਹ ਵੀ ਸਵਾਲ ਹੋਵੇਗਾ ਕਿ ਦਸਮ ਪਿਤਾ ਜੀ ਪਿੰਡ ਕਲਾਲ ਤੋਂ ਆਰਾਮ ਕਰਕੇ ਚੱਲੇ ਸਨ, ਫਿਰ 2-3 ਕਿਲੋਮੀਟਰ ਦੀ ਦੂਰੀ 'ਤੇ ਆ ਕੇ ਪਿੰਡ ਲੱਲ ਕਲਾਂ ਕਿਉਂ ਰੁਕਦੇ ਹਨ? ਅੱਗੇ ਫਿਰ 2 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਕੁੱਬਾ ਹੈ, ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਹੈ, ਉੱਥੇ ਵੀ ਗੁਰੂ ਸਾਹਿਬ ਜੀ ਨੇ ਆਰਾਮ ਕੀਤਾ ਸੀ। ਗੁਰੂ ਸਾਹਿਬ ਜੀ ਕਲਾਲ ਤੋਂ ਚੱਲ ਕੇ ਲੱਲ ਕਲਾਂ ਰੁਕਦੇ ਹਨ। ਲੱਲ ਕਲਾਂ, ਜੋ ਮੇਰਾ ਮੰਨਣਾ ਹੈ, ਇੱਥੇ ਛੇਵੇਂ ਪਾਤਸ਼ਾਹ ਜੀ ਦਾ ਸਥਾਨ ਹੈ, ਪ੍ਰਾਤਨ ਬੇਰੀ ਹੈ ਜਿਸ ਨਾਲ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ। ਜੋ ਮੇਰਾ ਮੰਨਣਾ ਹੈ ਕਿ ਇੱਥੇ ਛੇਵੇਂ ਪਾਤਸ਼ਾਹ ਜੀ ਦਾ ਸਥਾਨ ਹੈ, ਦਸਮ ਪਿਤਾ ਵੀ ਇੱਥੇ ਰੁਕੇ ਹਨ, ਕਿਉਂਕਿ ਦਾਦਾ ਜੀ ਪ੍ਰਤੀ ਪੋਤਿਆਂ ਦੇ ਮਨ ਵਿੱਚ ਅਥਾਹ ਪ੍ਰੇਮ ਹੁੰਦਾ ਹੈ। ਇਹ ਵੀ ਕਾਰਨ ਹੋ ਸਕਦਾ ਹੈ ਕਿ ਪਿੰਡ ਕਲਾਲ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਚੱਲ ਕੇ ਗੁਰੂ ਸਾਹਿਬ ਜੀ ਫਿਰ ਪਿੰਡ ਲੱਲ ਕਲਾਂ ਇਸ ਸਥਾਨ 'ਤੇ ਰੁਕੇ ਸਨ, ਉਹਨਾਂ ਨੇ ਇੱਥੇ ਪਾਵਨ ਬੇਰੀ ਹੇਠ ਆਰਾਮ ਕੀਤਾ। ਅਤੇ ਉਸ ਸਮੇਂ ਦੀ ਜੋ ਮੰਗ ਸੀ, ਗੁਰੂ ਸਾਹਿਬ ਜੀ ਪਿੱਛੇ ਸ਼ਾਹੀ ਫੌਜਾਂ ਲੱਗੀਆਂ ਹੋਈਆਂ ਸਨ, ਉਹਨਾਂ ਦਾ ਪਿੱਛਾ ਕਰ ਰਹੀਆਂ ਸਨ, ਇਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਬਾਰ ਬਾਰ ਰੁਕਣਾ। ਅਤੇ ਇਹ ਵੀ ਕਾਰਨ ਹੋ ਸਕਦਾ ਹੈ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਪਲੰਘ ਆਪਣੇ ਮੋਢਿਆਂ 'ਤੇ ਚੁੱਕਿਆ ਹੋਇਆ ਸੀ, ਉਹ ਥੋੜ੍ਹੀ ਥੋੜ੍ਹੀ ਦੂਰੀ 'ਤੇ ਜਾ ਕੇ ਆਰਾਮ ਕਰਦੇ ਹੋਣ, ਦਮ ਲੈਂਦੇ ਹੋਣ, ਫਿਰ ਵੀ ਆਪਣੇ ਮੋਢਿਆਂ 'ਤੇ ਗੁਰੂ ਸਾਹਿਬ ਜੀ ਦਾ ਪਲੰਘ ਚੱਕਣਾ, ਉਹਨਾਂ ਦਾ ਗੁਰੂ ਸਾਹਿਬ ਜੀ ਪ੍ਰਤੀ ਪ੍ਰੇਮ ਸੀ, ਉਹਨਾਂ ਦੇ ਮਨ ਵਿੱਚ ਗੁਰੂ ਸਾਹਿਬ ਜੀ ਪ੍ਰਤੀ ਸਤਿਕਾਰ ਸੀ। ਛੇਵੇਂ ਪਾਤਸ਼ਾਹ ਅਤੇ ਦਸਮ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ, ਜੋ ਪਿੰਡ ਲੱਲ ਕਲਾਂ ਵਿੱਚ ਸੁਸ਼ੋਭਿਤ ਹੈ, ਜਿਸ ਦੇ ਤੁਸੀਂ ਅੱਜ ਵੀਡੀਓ ਵਿੱਚ ਦਰਸ਼ਨ ਕੀਤੇ ਅਤੇ ਇਤਿਹਾਸ ਬਾਰੇ ਜਾਣਿਆ ਹੈ। ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਵੀ ਸੇਵਾ ਚੱਲ ਰਹੀ ਹੈ, ਜਿਵੇਂ ਦਸਮ ਪਿਤਾ ਜੀ ਇੱਥੋਂ ਪਿੰਡ ਕੁੱਬਾ ਤੋਂ ਹੁੰਦੇ ਹੋਏ ਕਟਾਣਾ ਸਾਹਿਬ ਗਏ ਸਨ। ਅਗਲੇ ਬਲੌਗ ਵਿੱਚ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਜੋ ਪਿੰਡ ਕੁੱਬਾ ਵਿੱਚ ਮੌਜੂਦ ਹੈ, ਉੱਥੋਂ ਦੇ ਦਰਸ਼ਨ ਕਰਵਾਵਾਂਗੇ ਅਤੇ ਇਤਿਹਾਸ ਬਾਰੇ ਦੱਸਾਂਗੇ। ਅਤੇ ਲੜੀਵਾਰ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਅਗਲੇ ਬਲੌਗਸ ਵਿੱਚ ਦਰਸ਼ਨ ਕਰਵਾਉਂਦੇ ਰਹਾਂਗੇ। ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਅਤੇ ਜਾਣਕਾਰੀ ਚੰਗੀ ਲੱਗੀ ਤਾਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੈਣਾ ਜੀ, ਅਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ। ਸਿੱਖੀ ਪ੍ਰਚਾਰ ਵਿੱਚ ਆਪਣਾ ਯੋਗਦਾਨ ਦੇਣ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ।
मिलते हाँ किसी अगले इतिहासिक ब्लॉग विच। वाहिगुरू जी का खालसा, श्री वाहिगुरू जी की फतेह।